ਸੁਣਾ ਵੀ ਮੋਤਰਾ ਮੈਂ ਨਜ਼ਮ ਆਪਣੇ ਵੱਡੇ ਭਰਾ ਦਸਤੂਰ ਖਾਨ ਦੇ ਹੁਕਮ ਤੇ ਤੇ ਪਹਿਲੀ ਵਾਰੀ ਨਰਤ ਦਿੰਦਾ ਪਿਆ ਖਸੂਸਾ ਮੈਂ ਨਜ਼ਰ ਕਰ ਸਾ ਜਨਾਬ ਜਿਹੜਾ ਬੰਦਾ ਇੱਥੋਂ ਤਾਈਂ ਮੈਨੂੰ ਲੈ ਕੇ ਪੜ੍ਹਨ ਵਾਲਾ ਹੈ ਜਾਂ ਕੋਲੂ ਕਿਰਾਇਆ ਮੇਰੇ ਭਰਨੇ ਕੋਲੂ ਮੇਰੇ ਖਰਚੇ ਕਰਨੇ ਵਸੀਮ ਅਕਰਮ ਵਸੀਮ ਜੋਈਆ ਸਾਹਿਬ ਉਹਨਾਂ ਦੀ ਖਸੂਸਨ ਤਵੰਜੋ ਦੇ ਵਿੱਚ ਇੱਕ ਦੌੜਾ ਉਹਨਾਂ ਦਾ ਪਾਲ ਕੇ ਤੇ ਮੈਂ ਮੁੰਡਾ ਸੰਭੜਦਾ ਪਿਆ ਆਪਣੇ ਕਿ ਇੱਕ ਲਾਸਾ ਦੂਰ ਨਿਗਾਹ ਵਾਂ ਤੂੰ ਯਾਰ ਉਹਦੀ ਜ਼ੁਲਫ ਦਾ ਖੰਮ ਨਹੀਂ ਹੁੰਦਾ ਉਹਦੇ ਸ਼ਹਿਰ ਦਾ ਰੋਜ਼ ਤੂੰ ਆਫ ਹੁੰਦਾ ਭਾਵੇਂ ਕੋਈ ਵੀ ਕੰਮ ਨਹੀਂ ਹੁੰਦਾ ਤੇ ਖਤ ਸੜ ਕੇ ਲਿਖਿਆ ਮੁਰਸ਼ਿਦ ਨੂੰ ਮੈਥੋਂ ਵੱਖਰਾ ਗਮ ਨਹੀਂ ਹੁੰਦਾ ਉਦੋਂ ਸਾਫ ਜਵਾਬ ਵਸੀਮ ਆਇਆ ਇਸ ਪਿਆਰ ਦਾ ਨਾਮ ਨਹੀਂ ਆਉਂਦਾ ਦੋਸਤੋ ਨਜ਼ਮ ਬਿਲਕੁਲ ਨਵੀਂ ਹੈ ਨਜ਼ਮ ਦਾ ਨਾਮ ਬਚਪਨ ਦਾ ਵੇਲਾ ਬਚਪਨ ਦਾ ਵੇਲਾ ਵੇਖਣਾ ਐਸਾ ਕਿਵੇਂ ਨਹੀਂ ਪਾਇਆ ਕਿ ਸਾਡਾ ਬਚਪਨ ਦੇ ਵਿੱਚ ਇੰਝ ਪਿਆਰ ਹੁੰਦਾ ਹਾ ਉਹਦਾ ਧੰਮੀ ਨੀ ਮਾਸ਼ੀ ਨਿਦਾਰ ਹੁੰਦਾ ਸਾਡਾ ਬਚਪਨ ਦੇ ਵਿੱਚ ਇੰਝ ਪਿਆਰ ਹੁੰਦਾ ਹਾ ਉਹਦਾ ਦੰਮੀ ਨਿਮਾਸ਼ੀ ਦਿਨਾਰ ਹੁੰਦਾ ਹਾ ਇੱਕ ਦੂਏ ਦੇ ਬਾਰੇ ਸਦਾ ਸੋਚਣਾ ਹਿੰਦੂ ਖਿਆਲਾਂ ਦਾ ਸੱਟ ਕੇ ਪਿਆ ਪਹੁੰਚਣਾ ਖਾਨ ਮੁਦਸਰ ਖਾਨ ਮਲੋ ਸਾਹਿਬ ਮੈਂ ਮੁੜ ਪੜਦਾ ਪਿਆ ਸ਼ੁਰੂ ਤੋਂ ਕਿਹਾ ਆਵਾਮ ਨੂੰ ਸਮਝ ਆ ਰਿਹਾ ਮੈਂ ਆਖਣਾ ਕੀ ਚਾਹੁੰਦਾ ਸਾਡਾ ਬਚਪਨ ਦੇ ਵਿੱਚ ਇੰਨ ਪਿਆਰ ਹੁੰਦਾ ਹਾ ਉਹਦਾ ਦੰਮੀ ਨਿਮਾਸ਼ੀ ਦਿਨਾਰ ਹੁੰਦਾ ਹਾ ਇੱਕ ਦੂਏ ਦੇ ਬਾਰੇ ਸਦਾ ਸੋਚਣਾ ਹਿੰਦੂ ਖਿਆਲਾਂ ਦਾ ਸੱਟ ਕੇ ਪਿਆ ਪਹੁੰਚਣਾ ਸਾਡੇ ਸਿਰ ਤੇ ਉਹ ਸਰਦਾਰ ਬਣਿਆ ਰਿਹਾ ਹੈ ਸਾਨੂੰ ਲੁੱਟ ਕੇ ਤੇ ਫਨਕਾਰ ਬਣਿਆ ਰਿਹਾ ਹੈ ਸਾਡੇ ਸਿਰ ਤੇ ਉਹ ਸਰਦਾਰ ਬਣਿਆ ਰਿਹਾ ਹੈ ਸਾਨੂੰ ਲੁੱਟ ਕੇ ਤੇ ਸਰਦਾਰ ਬਣਿਆ ਵਾ ਇੱਥੇ ਦੌੜਾ ਪੜਨਾ ਚਾਹੀਦਾ ਜਿਹੜੀ ਲੁੱਟੇ ਨੂੰ ਜ਼ਿਹਨ ਰੱਖਣਾ ਕਿ ਲੁੱਟ ਲੱਗਦੇ ਲੈਣ ਤੇ ਕਫਾਂ ਦੀਆਂ ਗੱਡੀ ਗੈਰ ਤੇ ਸਕਦੇ ਦੇ ਨਹੀਂ ਮੇਰੇ ਵਾਸਤੇ ਪਲਕਾ ਸੇਨੇ ਤੇ ਯਾਰ ਮੇਰੀ ਲਾਜ ਦੇ ਨੇੜੇ ਵਹਿਣ ਨਾ ਕਰ ਤੇਰਾ ਦਿਲ ਅਰਮਾਨੀ ਜੇ ਨਹੀਂ ਮੈਂ ਕੁਝ ਨਹੀਂ ਹੋਰ ਦਿਲ ਆਉਂਦਾ ਆਪੇ ਦੱਸ ਚਾਹੇ ਕਮਲੇ ਨੇ ਸਾਡੇ ਸਿਰ ਤੇ ਉਹ ਸਰਦਾਰ ਬਣਿਆ ਵਾ ਮੈਨੂੰ ਲੁੱਟ ਕੇ ਤੇ ਫਨਕਾਰ ਬਣਿਆ ਵਾ ਸਾਡੀ ਦੋਵਾਂ ਦੀ ਹਿੱਕਾ ਕਲਾਸ ਹੁੰਦੀ ਆ ਰਲ ਕੇ ਮੈਨੂੰ ਤੰਜਾ ਬਣ ਦੀ ਆਸ ਹੁੰਦੀ ਆ ਹੁਣ ਕਿਹਨੂੰ ਕਰੇ ਸਮਾਂ ਬਣ ਕੇ ਅਪੀਲ ਮਕਤਾ ਵਿਰਾਮ ਤਵੰਜੋ ਕਰਿਆ ਹੁਣ ਕਿਹਨੂੰ ਕਰੇ ਸਮਾਂ ਬਣ ਕੇ ਅਪੀਲ ਹੁਣ ਕਿਹਨੂੰ ਕਰੇ ਸਮਾਂ ਬਣ ਕੇ ਅਪੀਲ ਇੱਥੇ ਮੁੜ ਮੈਨੂੰ ਇੱਕ ਆਪਣੀ ਕਥਾ ਯਾਦ ਆ ਗਈ ਹੈ ਤੇਰੀ ਹਰ ਇੱਕ ਅਦਾਤ ਸਦਕੇ ਤੇਰੀ ਢੋਲਾ ਵਫਾਤ ਸਦਕੇ ਨਿਦਾਰ ਦੇਖ ਕੇ ਤੂੰ ਮੌਤ ਟਾਲੀ ਅਨੀਲ ਤੇਰੀ ਵਫਾਤ ਸਦਕੇ ਹੁਣ ਮੈਂ ਕਿਹਨੂੰ ਕਰੇ ਸਾਂ ਹੁਣ ਕਰੇ ਸਾਂ ਮੈਂ ਕਿਹਨੂੰ ਬਣ ਕੇ ਅਪੀਲੇ ਮੇਰੇ ਨਾਲ ਰਸ ਗਿਆ ਮੇਰਾ ਅਨੀਲ।